ਬਿਜਲੀ ਦੀਦੀ ਜਾ ਬਾਹਰ ਵੇਖ ਕੇ ਆਪੀ ਇੱਥੇ ਕੋਈ ਆਇਆ ਹੈ ਅਰੇ ਕੌਣ ਹੈ ਅਸਲਾਮ ਵਾਲੇਕੁਮ ਮੈਡਮ ਵਾਲੇਕੁਮ ਅਸਲਾਮ ਮੈਡਮ ਅਸੀਂ ਮਰਦਮ ਸ਼ੁਮਾਰੀ ਕਰਨੀ ਤੁਹਾਡੇ ਇਲਾਕੇ ਵਿੱਚ ਜੀ ਤੇ ਸਾਡੇ ਨਾਲ ਧਾਵਨ ਕਰੋ ਸਾਡੇ ਨਾਲ ਪਾਕ ਫੌਜ ਦੇ ਜਵਾਨ ਵੀ ਆਏ ਪਏ ਨੇ ਅੱਛਾ ਜੀ ਮੈਂ ਆਪਣੀ ਦੀਦੀ ਕੋ ਬੁਲਾਤੇ ਹੋ ਦੀਦੀ ਜੀ ਜੀ ਹਮਾਰੇ ਮਰਦਮ ਵਾਲੇ ਆਏ ਹੋਏ ਅਰੇ ਤੇ ਡੈਰੀ ਮੈਂ ਵੇਖ ਕੇ ਆਨੀ ਆ ਅਸਲਾਮ ਵਾਲੇਕੁਮ ਮੈਡਮ ਵਾਲੇਕੁਮ ਸਲਾਮ ਜੀ ਤੇ ਤੁਸੀਂ ਸਾਡੇ ਨਾਲ ਧਾਵਨ ਕਰੋ ਬਿਲਕੁਲ ਕਰਾਂਗੇ ਸਾਡੇ ਨਾਲ ਪਾਕ ਫੌਜ ਦੇ ਜਵਾਨ ਵੀ ਆਏ ਪਏ ਨੇ ਹਾਏ ਲਾ ਮੈਂ ਮਰ ਜਾਵਾਂ ਭਾਈ ਫੌਜ ਇਹਨਾਂ ਨੂੰ ਤੁਸੀਂ ਬਾਰਡਰਾਂ ਤੇ ਵੇਖੇ ਤਾਂ ਸਾਡੇ ਧਨ ਪਾਕ ਸਾਡੇ ਸਾਡੇ ਦਰਵਾਜ਼ਿਆਂ ਤੇ ਆ ਗਏ ਅਸਲਾਮ ਵਾਲੇਕੁਮ ਮਾਸਟਰ ਪੀਛੇ ਕਰੋ ਇਸ ਕੋ ਪੀਛੇ ਹੋ ਜਾਓ ਕਿਉਂ ਇਹਨਾਂ ਚ ਕਰੰਟ ਉਹ ਤਿੰਨੇ ਵੇ ਆਪਣੇ ਜਵਾਨ ਨੇ ਚਾਰ ਚਾਰ ਮਹੀਨੇ ਛੁੱਟੀ ਨਹੀਂ ਜਾਂਦੇ ਕਰੰਟ ਤੇ ਲਾਜ਼ਮੀ ਹੋ ਜਾਂਦੇ ਨੇ ਮੈਡਮ ਜੀ ਤੁਸੀਂ ਹੁਣ ਸਾਨੂੰ ਤਫਸੀਲ ਦੇਣੀ ਆਪਣੀ ਤੇ ਆਪਣੇ ਖਾਨਦਾਨ ਦੀ ਸਾਰਿਆਂ ਦੀ ਬਿਲਕੁਲ ਸਭ ਤੋਂ ਪਹਿਲੇ ਆਪਣਾ ਨਾਂ ਦੱਸੋ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਰਾਤੀ ਰਾਣੀ ਮਤਲਬ ਫੌਜੀ ਸਾਹਿਬ ਤੋਂ ਪੁੱਛੋ ਯਾਰ ਨਾਮ ਬਤਾ ਰਹੇ ਨੇ ਯਾਰ ਰਾਤੀ ਰਾਣੀ ਉਮਰ ਕਿਤਨੀ ਹੋ ਗਈ ਨੇ ਮੇਰੀ ਉਮਰ ਬਸ ਰਾਤਾਂ ਕੱਢ ਕੇ ਕੁਛ ਹੋ ਗਈ ਸਾਲ ਕੰਡੀਸ਼ਨ ਤੇ 20 ਦੀ ਲੱਗ ਰਹੀ ਹੈ ਹਾਂ ਹੈ ਕੁਛ ਇਸੀ ਤਰ੍ਹਾਂ ਕੋਈ ਜੌਬ ਸ਼ੌਪ ਕਰਦੇ ਹੋ ਜੌਬ ਕਿਆ ਸਾਡਾ ਆਪਣਾ ਬਿਜ਼ਨਸ ਹੈ ਖਵਾਉਂਦਾ ਹੋ ਕਿ ਨਾ ਖਵਾਉਂਦਾ ਕੀ ਮਤਲਬ ਉਹ ਮਤਲਬ ਇਹ ਕਿ ਕੋਈ ਪੈਸੇ ਪੂਸੇ ਗਿਣਤੀ ਕਰ ਲੈਂਦੇ ਹੋ ਕਿ ਨਹੀਂ ਦੱਸੋ ਸਾਡੇ ਪਹਿਲੇ ਪੈਸੇ ਮੁੱਕੇ ਹੋਏ ਹੁੰਦੇ ਨੇ ਇਸ ਤੋਂ ਇਲਾਵਾ ਤੇ ਕੋਈ ਘਰ ਵਿੱਚ ਬੰਦਾ ਤੇ ਨਹੀਂ ਨਾ ਬਸ ਅਸੀਂ ਦੋ ਹੀ ਫਿਲਾਂ ਨੇ ਬਾਕੀ ਆਪਣੇ ਕੰਮਾਂ ਤੇ ਗਏ ਹੋਏ ਨੇ ਅੱਛਾ ਮਾਸਟਰ ਪੀਛੇ ਕਿਆ ਕਰ ਰਹੇ ਯਾਰ ਸਰ ਜੀ ਆਪਨੇ ਖੁਦ ਬਤਾਇਆ ਕੋਈ ਮਸ਼ਕੂਕ ਬੰਦਾ ਨਜ਼ਰ ਆਤਾ ਹੈ ਬਤਾਓ ਮੇਰੇ ਮਸ਼ਕੂਕ ਕਾ ਬੋਲ ਹੈ ਮੇਰੇ ਮੁਸਰ ਸ਼ੈਨ ਕਾ ਨਹੀਂ ਬੋਲ ਹੈ ਅੱਛਾ ਜੀ ਕਾ ਤੁਹਾਡਾ ਆਪਣਾ ਹੀ ਹੈ ਹੋਰ ਤਿੰਨੇ ਫਿਰ ਦਿੱਤਾ ਹੈ ਉਹ ਤਾਂ ਪਹਿਲੇ ਸਾਡੇ ਕੋਲੋਂ ਜ਼ਬਰਦਸਤੀ ਕੁਆਟਰ ਖਾਲੀ ਕਰ ਰਹੇ ਹੁਣ ਟੋਕਰਾਂ ਵਾਲੇ ਕਿਰਾਏ ਤੇ ਲੈ ਕੇ ਬੈਠੇ ਆ ਕੈਸੇ ਆ ਬਸ ਅਕਸਰ ਹੋਈ ਰਹਿੰਦੀ ਬਾਤ ਸੁਣੋ ਯਾ ਅੰਦਰ ਘਰ ਮੇ ਕੈਸੇ ਘਰ ਕੀ ਬਾਤ ਕਰ ਰਹੇ ਮਤਲਬ ਇਹ ਮੇਰਾ ਕਹਿਣ ਦਾ ਕਿ ਚੁੱਲ੍ਹਾ ਚੱਲਦਾ ਹੈ ਨਾ ਹਾਂ ਲਗਾਤਾਰ ਚੱਲਦਾ ਹੈ ਮੋਬਾਈਲ ਹੈ ਹਾਂ ਹੈ ਮੋਬਾਈਲ ਨੰਬਰ ਹੀ ਦੇ ਦਿਓ ਲਿਖੋ ਲਓ ਜੀ 0300 ਤੁਹਾਡੇ ਵਾਸਤੇ 200 ਮਾਸਟਰ ਪੀਛੇ ਇਸ ਲਈ ਮੋਬਾਈਲ ਸਿਰਫ ਐਂਟਰੀ ਕਰਨਾ ਹੈ ਨੰਬਰ ਨਹੀਂ ਲੈਣਾ ਜੀ ਅੱਛਾ ਅੱਛਾ ਸੋਰੀ ਸਰ ਬਿਜਲੀ ਹੈ ਹਾਂ ਇਹ ਖੜੀ ਹੈ ਹਲੋ ਠੀਕ ਹੈ ਸਰ ਠੀਕ ਹੈ ਮਾਸਟਰ ਪੀਛੇ ਹਲੋ ਅੱਛਾ ਮਾਸਟਰ ਸਰ ਮੁਝੇ ਸੁਬੇਦਾਰ ਯੂਨਸ ਸਾਹਿਬ ਬੁਲਾ ਰਹੇ ਸ਼ੁਕਰ ਹੈ ਬੋਲਤੇ ਮੇਰੇ ਵੀ ਲੈਣ ਕੇ ਸਭ ਕਰਾਉ ਜਲਦੀ ਆਉਣਾ ਹੈ ਸਰ ਆਪ ਜਾਏ ਨਾ ਮੈਂ ਜਾ ਰਹਾ ਹਾਂ ਮਗਰ ਖਿਆਲ ਕਰਨਾ ਹੈ ਸਰ ਆਪ ਬੇਫਿਕਰ ਜੀ ਇਨਸ਼ਾਅੱਲਾ ਅੱਛਾ ਜੀ ਤੁਹਾਡੇ ਕੋਲ ਮੈਂ ਸਵਾਲ ਪੁੱਛਿਆ ਸੀ ਕਿ ਬਿਜਲੀ ਹੈ ਕਿ ਬਿਜਲੀ ਹੈ ਖੜੀ ਹੈ ਦੱਸਿਆ ਹੈ ਇਹ ਕਿੰਨੇ ਵੋਲਟ ਦੀ ਹੈ ਤੇ 1000 ਵੋਲਟ ਦੀ ਹੈ ਓਹੋ ਪੂਰਾ ਦਿਨ ਫੌਜੀਆਂ ਨਾਲ ਚੱਲ ਕੇ ਸਾਰੀਆਂ ਬੈਟਰੀਆਂ ਡੈਡ ਹੋ ਗਈਆਂ ਨੇ ਹਾਂ ਉਹ ਸਾਨੂੰ ਵੀ ਕੋਈ ਝਟਕਾ ਝੁਟਕਾ ਲਵਾ ਦੇ ਸੋ ਕਿਉਂ ਨਹੀਂ ਮਾਸਟਰ ਜੀ ਅਸਾਂ ਰੱਖੀ ਉਸੇ ਵਾਸਤੇ ਝਟਕਿਆਂ ਵਾਸਤੇ ਆ ਜਾਓ ਅੰਦਰ ਲੰਘ ਆਓ ਕਿਤੇ ਫੌਜੀ ਨਾ ਆ ਜਾਏ ਪਿੱਛੇ ਨਹੀਂ ਬਿਜਲੀ ਦੀਦੀ ਆ ਟੀਚਰ ਨੂੰ 2-4 ਝਟਕੇ
रहा हूँ मास्टर सर सर सर, 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 सर।